ਗੁਰੂ ਸਿੱਖ ਨਹੀਂ ਸਿੱਖ ਜੀ ਪਹਿਲਵਾਨ ਗੁਰੂ ਦੋ ਮਿੰਟ ਬਾਅਦ ਹੀ ਸਾਡੇ ਕੋਈ ਗੱਲ ਬਾਅਦ ਸਾਡੇ ਦਰਬਾਰ ਮੈਡੋ ਵੀਰੇ ਪਿੱਛੋਂ ਦਰਜ ਕਰਨ ਤੁਹਾਡੀ ਪ੍ਰੋਬਲਮ ਆ ਰਹੀ ਹੈ ਲੰਗਰ ਦੇ ਵੇਖਣ ਦੇ ਲਈ ਥੋੜ੍ਹੇ ਜਿਹਾ ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ ਪਹਿਲਵਾਨ ਅਖਾੜੇ ਚ ਪੁੱਜੋ ਮੇਜਰ ਲੈ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖ ਲਿਆ ਕੌਣ ਜਿੰਦੇ ਗੁਣ ਹਰ ਦਾ ਵੱਤ ਸਮਝਦੀ ਹੈ ਕਿ ਸੋਹਣੀ ਖੇਡਦੇ ਮਾਲਕ ਖੇਡ ਜਦ ਚੰਗੀ ਵਿਖਾਉਂਦੇ ਨੇ ਸੈਂਕੜ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਕਿ ਜਿਸ ਮੈਦਾਨ ਵਿੱਚ ਖੇਡਣ ਸੰਗਲੀ ਪੈੜਾ ਪਾ ਜਾਂਦੇ ਭਾਈ ਜਿੰਦ ਸੁਹਾਣਿਆ ਮਾਂ ਪਿਓ ਪਿੰਡ ਦਾ ਨਾਂ ਚਮਕਾ ਜਾਂਦੇ ਨਾਂ ਚਮਕਾ ਜਾਂਦੇ ਅਗਲੀ ਕੁਸ਼ਤੀ ਦੇ ਮਾਲੇ ਜਿਹੜੇ ਬਿਲਕੁਲ ਤਿਆਰ ਬਣ ਜਾ ਰਹੇ ਹੋ ਵਾਹ ਵੀ ਵਾਹ ਉਧਰ ਨਹੀਂ ਉਹ ਰਿਸ਼ਾ ਕੁਲਵੀਰ ਪਹਿਲਵਾਨ ਕੋਟ ਪਰਵਾੜ ਵਾਲਾ ਮੈਦਾਨ ਦੇ ਵਿੱਚ ਪੁਆਇੰਟ ਦੇ ਆਪਦੇ ਕੁਸ਼ਤੀ ਜਿੱਤ ਗਿਆ ਆਪਦੇ ਕਹਿੰਦੇ ਸੁਖਮਨ ਪਹਿਲਵਾਨ ਅੱਜ ਨਾਮ ਸੁਖਮਨ ਪਹਿਲਵਾਨ ਡੇਰਾ ਬਾਬਾ ਨਾਨਕ ਦੇ ਨਾਲ ਸੱਚੀ ਪਹਿਲਵਾਨ ਦਾ ਬਾਣਾ ਚਲੋ ਮਤਲਬ ਕਰੋ ਕੁਸ਼ਤੀ ਸ਼ੁਰੂ ਇਹ ਵੀ ਬਸ ਤਿਆਰ ਬਣ ਜਾ ਰਹੇ ਹੋ ਚਲੋ ਤੁਸੀਂ ਸੇਠੀ ਕਿਹਾ ਗਿਆ ਹੈਲੋ ਜੀ ਬਣ ਜਾਣੀ ਤੁਸੀਂ ਕਰਾਓ ਜੀ ਕੁਸ਼ਤੀ ਆਪ ਜਿਹੜੀ ਹੋਈ ਕਰਾ ਦਿਓ ਪਲੀਜ਼ ਪਰਚੀ ਬਣ ਜਾਣੀ ਜੀ ਪਰਚੀ ਬਣ ਗਈ ਹੈ ਚਲੋ ਆ ਵੀ ਨੀਟੂ ਪਹਿਲਵਾਨ ਲਾੜ ਅੱਜ ਉਹਦੇ ਮੈਦਾਨ ਦੇ ਵਿੱਚ ਪੁੱਜੇ ਨੀਟੂ ਪਹਿਲਵਾਨ ਲਾੜ ਭਾਈ ਨੀਟੂ ਪਹਿਲਵਾਨ ਲਾੜ ਅੱਜ ਉਹਦੇ ਮੈਦਾਨ ਦੇ ਵਿੱਚ ਪੁੱਜੇ ਉਹ ਸੇਠੀ ਵਾਲੀ ਪਰਚੀ ਆਈ ਹੈ ਜਾਂ ਨਹੀਂ ਆਈ ਆ ਗਈ ਦੋ ਫਿਰ ਪਰਚੀ ਯਾਰ ਰੈਫਰੀ ਤੋਂ ਗੁੱਸੇ ਰੁਕੀ ਜਾਂਦੇ ਟਾਈਮ ਹੈ ਨਹੀਂ ਦੋ ਦੋ ਮਿੰਟ ਕਰਕੇ ਯਾਰ ਅੱਧਾ ਘੰਟਾ ਲੇਟ ਹੋ ਗਿਆ ਸਾਰਾ ਦਿਨ ਲੇਟ ਹੋ ਜਾਣਾ ਆ ਵੀ ਰਵੀ ਪਹਿਲਵਾਨ ਬਜਾਲਤਾ ਭਾਈ ਦਿੱਲੀ ਕੋਟ ਭਰਵਾਲ ਵਾਲੀ ਪਰਚੀ ਕੱਟ ਹੋਈ ਸੀ ਜਾਂ ਨਹੀਂ ਅਬੇ ਹੈ ਕਿ ਪਰਚੀ ਹੈ ਨਹੀਂ ਉਧਰ ਪਰਚੀ ਦੇਖੋ ਹੈਗੀ ਆ ਭਾਈ ਰਵੀ ਪਹਿਲਵਾਨ ਬਜਾਲਦਾ ਨਹੀਂ ਹੋਈ ਨਹੀਂ ਹੋਈ ਰੈਫਰੀ ਦੀ ਗੱਲ ਮੰਨੋ ਭਾਈ ਨੀਟੂ ਪਹਿਲਵਾਨ ਲੈਣ ਹਾਜ਼ਰ ਕਰ ਲੱਗੇ ਨੀਟੂ ਭਾਈ ਨੀਟੂ ਦੇ ਰਵੀ ਪਹਿਲਵਾਨ ਬਜਾਲਦਾ ਤਿਆਰ ਹੋ ਜਾਓ ਗੋਲੂ ਬੈਠੋ ਆਪਣੇ ਅਗਲੇ ਦੋ ਮਿੰਟ ਬੈਠੋ ਸ਼ਾਬਾਸ਼ ਸ਼ਾਬਾਸ਼
एसएचओ पट्टी अपने पैसे ले जाओ एसएचओ भाई अगली कुश्ती वाले पहलवान तैयार बन तैयार हो अभी पहलवान खड़ोटे साहिल रियासी ये तैयार बन तैयार हो भाई नोट करो ढोलीवीर एक कुश्ती चेंज कर लगे ध्यान दो संजय परगवाल ते जरनैल पहलवान रियासी अगर घोड़ा वाल देख लो इमाम ते पहलवान बबलू बसंतगढ़ अगर दोनों पहलवानों ने घोड़ा जरनैल ते इमाम का बेचा जो नहीं तो फिर आप परचे जिहड़ियां कैंसल करके जो भी हजार कमेटियां दी करिए इमाम आई कपड़ा भाई जरनैल जरनैल आयो बच्चे संजय ਅਤੇ ਦੀਪਾ ਜੀ ਉੱਪਰ ਵਾਲੇ ਅੱਜ ਦੇ ਤੰਗਲ ਲਈ 51 ਸੋਹਣੇ ਵੱਡੇ ਸਹਿਯੋਗ ਜਿਹੜੇ ਪੁੱਜੇ ਕੀਤੇ ਆ ਅਗਲੇ ਸਾਲ ਉਹਨਾਂ ਤਰਫੋਂ 11,000 ਦੇ ਜਿਹੜੇ ਸਹਿਯੋਗ ਹੋਣਗੇ ਭਾਈ ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ ਜਲਦੀ ਨਾਲ ਅਖਾੜੇ ਵਿੱਚ ਪੁੱਜੇ ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ ਜਨਰਲ ਕੋਲ ਮਨਾ ਬੋਲੂ ਆਪਣੀ ਸੰਜੇ ਬਰਗਵਾਲ ਬਾਜੀ ਫੜ ਸੰਜੇ ਜਨਰਲ ਆ ਵਿੱਚ ਬਰਕਰਾਰ ਜੋੜੀ ਸੰਜੇ ਬਈ ਕਰਦੇ ਆ ਬਿਓੜੀ ਜਾਂ ਨਹੀਂ ਕਰਦੇ ਓਏ ਹੋਏ ਓਏ ਹੋਏ ਬੱਲੇ 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 ਆ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਆ ਦੀਪਕ ਹੈ ਪੱਟੀ ਦੀ ਧਰਤੀ ਦਾ ਤੇ ਨਾਲ ਆਮੀਰ ਖਾਨ ਪਹਿਲਵਾਨ ਆਇਆ ਆਮੀਰ ਖਾਨ ਪਹਿਲਵਾਨ ਦਰਗਾੜਾ ਭਾਈ ਆਪੇ ਆ ਖੜੋ ਤੇ ਸਹਿਲ ਰਿਆਸੀ ਤਿਆਰ ਬਣ ਤਿਆਰ ਹੋ ਅਗਲੀ ਕੁਸ਼ਤੀ ਤੁਹਾਡੀ ਹੋਣੀ ਹੈ ਉਹ ਸਭ ਉਹ ਵਾਲੀ ਕੁਸ਼ਤੀ ਫੈਸਲਾ ਕਰੋ ਪੁਆਇੰਟ ਬਣਾਓ ਜਾਂਦਾ ਉਹ ਇਹ ਪਹਿਲੀ ਦਰਜਾ ਦੀ ਕੁਸ਼ਤੀ ਹੈ ਸ਼ਾਬਾਸ਼ ਸ਼ਾਬਾਸ਼ ਭਾਈ ਸੰਜੇ ਦੇ ਬਬਲੂ ਤਿਆਰ ਹੋ ਕੇ ਵਿੱਚ ਆ ਜਾਓ ਇਹ ਪਹਿਲਵਾਨ ਵੀ ਤਿਆਰ ਹੋ ਜਾਓ ਸੰਜੇ ਦੇ ਬਬਲੂ ਭਾਈ ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ ਪਹਿਲਵਾਨ ਅਖਾੜੇ ਵਿੱਚ ਪੁੱਜੋ ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ ਸ਼ਾਬਾਸ਼ ਸ਼ਾਬਾਸ਼ ਹੋਰ ਕਰੋ ਅਗਲੀ ਕੁਸ਼ਤੀ ਜਿਹੜੀ ਹੈਗੀ ਹੈ ਜਸ਼ਨ ਤੇ ਯੁਵਰਾਜ ਉਸ ਵੱਲ ਪਾਤਸ਼ਾਹ ਤੇ ਪਹਿਲਵਾਨ ਸਰਜੀਤ ਇਹ ਮਨ ਤਿਆਰ ਹੋ ਬਾਈ ਢੋਲੀਵੀਰ ਢੋਲੀਵੀਰ ਬਾਈ ਨੋਟ ਕਰੋ ਜੰਮੂ ਵਾਲੇ ਮੱਲ ਜਿਹੜੇ ਮੱਲ ਅਗਲੇ ਜੰਗਲਾਂ 'ਚ 3 ਵਜੇ ਤੋਂ ਬਾਅਦ ਆਉਣਗੇ ਭਾਈ ਕਮੇਟੀ ਆ ਗਿਆ ਸਾਰੀਆਂ ਵੀ ਉਹਨਾਂ ਨੂੰ ਬਾਏ ਬਾਏ ਹੈ ਉਹ ਆਪਣਾ ਘਰ ਨੂੰ ਜਾਣ 3 ਵਜੇ ਤੋਂ ਬਾਅਦ ਉਧਰ ਸਾਡੀਆਂ ਮਾਲੀ ਦੀਆਂ ਕੁਸ਼ਤੀਆਂ ਉਧਰ ਹੁਣ ਮੰਨ ਲਾ ਕੇ ਕੱਪੜੇ ਪਾਲੀ ਜਾਂਦੇ ਆ ਸਾਡੀ ਕੁਸ਼ਤੀ ਕਰਾਓ ਸਾਡੀ ਕਰਾਓ ਹੱਥ ਉੜ ਕੇ ਬੇਨਤੀ ਕਰੋ 3 ਵਜੇ ਆਏ ਕਰੋ ਔਰ ਬੇਨਤੀ ਕਰ ਲਿਆ ਕਮੇਟੀਆਂ ਨੂੰ ਬਈ ਲੈਂਟਾਂ ਵਾਲਾ ਕੰਮ ਜਿਹੜਾ ਕੈਂਸਲ ਕਰਦੇ ਕਰੋ ਅਗਰ ਕੋਈ ਆਇਆ ਠੀਕ ਆ ਨਹੀਂ ਤਾਂ ਸਹੀ ਸਮੇਂ ਨਾਲ ਜਿਹੜੀ ਮਾਲੀ ਕਰਾਓ ਜਿਹੜਾ ਆਉਂਦਾ ਠੀਕ ਹੈ ਨਹੀਂ ਆਉਂਦਾ ਆਪਣੇ ਘਰ ਬੈਠੇ ਐਂ ਨੋਟ ਕਰੋ ਪਲੀਜ਼ ਭਾਈ ਅਭੀ ਪਹਿਲਵਾਨ ਬਾਤਲਾ ਤੇ ਅਤੁਲ ਪਹਿਲਵਾਨ ਪਾਟਾ ਅਗਲੀ ਕੁਸ਼ਤੀ ਤੁਹਾਡੀ ਜਿਹੜੀ ਹੈ ਤਿਆਰ ਬਣ ਤਿਆਰ ਹੋ
ਭਾਈ ਕਾਲਵਾਲ ਉਹਦਾ ਅਸ਼ੋਕ ਸਿੰਘ ਜੀ ਠੇਕੇਦਾਰ ਸੱਠੀ ਐਤਕੀ 21,000 ਦੇ ਸਹਿਯੋਗ ਹੈ ਅਗਲੇ ਸਾਲ 11,000 ਦੇ ਸਹਿਯੋਗ ਸੋਰੀ 31,000 ਦੇ ਸਹਿਯੋਗ ਹੋਣਗੇ ਕਹਿੰਦੇ 10,000 ਜਿਹੜਾ ਹੋਰ ਪਾ ਦੇਣਾ ਬਹੁਤ ਬਹੁਤ ਧੰਨਵਾਦ ਅਸ਼ੋਕ ਠੇਕੇਦਾਰ ਜੀ ਐਡਾ ਮਾੜੇ ਕੰਮਾਂ ਵਿੱਚ ਪੈਰ ਨਹੀਂ ਰੱਖੇ ਓਏ ਯਾਰ ਦਿਲਾਂ ਦੇ ਟਾਈਮ ਨੇ ਰੱਖੇ ਭਾਈ ਮੁੜ ਕੀ ਜਨ ਬੰਨਣੇ ਪੈਂਦੇ ਓਏ ਜਦ ਜਰਾਰੀ ਅੜਦੀ ਏ ਦੋ ਟਮੈਟਰ ਨਹੀਂ ਕਰਦੇ ਇਹ ਮੈਟਰ ਹੀ ਯਾਰੀ ਕਰਦੀ ਏ ਭਾਈ ਮੈਟਰ ਹੀ ਯਾਰੀ ਕਰਦੀ ਏ ਸਾਕੇ 2 ਵਜੇ ਦੇ ਬੈਠੇ ਆ ਕੇ ਤੁਸੀਂ ਹੁਣ ਕਿੱਥੋਂ ਆਏ ਯਾਰ ਸਹੀ 20 ਮਿੰਟ ਦਾ ਸਮਾਂ ਨੋਟ ਕਰਿਓ ਮਾਲੇ ਜਿਹੜੇ ਤਿਆਰ ਹੋ ਗਏ ਅਖਾੜੇ ਦੇ ਵਿੱਚ ਪੁੱਜਣਗੇ 20 ਮਿੰਟ ਦਾ ਸਮਾਂ ਨਰਿੰਦਰ ਤੇ ਸ਼ਿਵਾ ਬਈ ਮੇਜਰ ਪਹਿਲਵਾਨ ਡੇਰਾ ਬਾਬਾ ਨਾਲ ਕੇ ਜਲਦੀ ਨਾਲ ਅਖਾੜੇ ਵਿੱਚ ਪੁੱਜੋ ਭਾਈ ਗੋਲੂ ਪਹਿਲਵਾਨ ਜੱਟਾ ਮੱਖਣ ਅੰਬਰਸਰ ਹੈ ਚਲੋ ਸ਼ਾਬਾਸ਼ ਆਪੀ ਬਾਟਲਾ ਅੱਜ ਤੁਹਾਨੂੰ ਬਾਟਾ ਭਾਈ ਬਾਕੀ ਪਹਿਲਵਾਨ ਆਪਣੀ ਆਪਣੀ ਜਗ੍ਹਾ ਬੈਠੋ ਖਾੜੇ ਤੇ ਨਾ ਘੁਮਾਓ ਬਾਕੀ ਆਪਣੀ ਜਗ੍ਹਾ ਤੇ ਬੈਠੋ ਨਹੀਂ ਸ਼ਵੀਰੇ ਅੱਧੀ ਦੀ ਕੁਸ਼ਤੀ ਕਰਾਇਓ ਵਾਲੀ ਚੌਥੀ ਭਾਈ ਯੁਵਰਾਜ ਪਹਿਲਵਾਨ ਯੁਵਰਾਜ ਤੇ ਜਸ਼ਨ ਪਹਿਲਵਾਨ ਬੱਤੀ ਤਿਆਰ ਹੋ ਕੇ ਨੇੜੇ ਆ ਜਾਓ ਇਹ ਛੋਟੀਆਂ ਕੁਸ਼ਤੀਆਂ ਵਾਲੇ ਧਿਆਨ ਦਿਓ ਯਾਰ ਬਹੁਤ ਮਾੜੀ ਗੱਲ ਆ ਮੰਨ ਲਓ ਤੁਹਾਡੀ ਟਾਈਮ ਦੇਖਿਆ 6 ਵੱਜ ਗਏ 6 ਵਜੇ ਦਾ ਕਹ ਲਓ ਵੀ ਢੋਲੀ ਵੀਰ ਜੰਮੂ ਦਾ ਰਿਕਾਰਡ ਆ 6 ਵਜੇ ਮਾਲੀ ਕਰਾ ਦਿੰਦੇ ਆ ਔਰ ਲਿਖਣ ਵਾਲੇ ਭਰਾ ਧਿਆਨ ਦਿਓ ਯਾਰ ਅੱਗੇ ਵਾਸਤੇ ਪਲੀਜ਼ ਧਿਆਨ ਦਿਓ ਸ਼ਾਕੇ ਯਾਰ ਹੱਦੇ ਕਰਦੇ ਤੁਸੀਂ ਚੱਲ ਸ਼ਾਕੇ ਇੱਕ ਦਿਨ ਪਹਿਲਾਂ ਆ ਕੇ ਪਿੰਡ ਦੀ ਘੋਲ ਜੇ ਕਰੋ ਕਿਹਦੇ ਨਾਲ ਕੁਸ਼ਤੀ ਕਰੀ ਘੱਟ ਕਰ ਲੋ ਭਾਵੇਂ ਕੁਸ਼ਤੀਆਂ ਦਾ ਸਮਾਂ ਨਹੀਂ ਹੈਗਾ ਓਮ ਪ੍ਰਕਾਸ਼ ਜੀ ਇਹ ਕਿੰਨਾ ਟਾਈਮ ਰਹਿੰਦਾ ਜੀ ਪੜ੍ਹਦੇ ਆ ਠੀਕ ਹੈ ਜੀ ਬਾਈ ਅਗਲੀ ਜਿਹੜੀ ਕੁਸ਼ਤੀ ਦੇ ਧਿਆਨ ਦਿਓ ਬਾਈ ਜਵਰਾਜ ਹੋਰ ਆ ਜਾਓ ਅਤੁਲ ਤੇ ਅਭੀ ਪਹਿਲਵਾਨ ਇਹ ਵੀ ਪਹਿਲਵਾਨਾਂ ਦੀ ਅਗਲੀ ਕੁਸ਼ਤੀ ਨੋਟ ਕਰਿਓ ਅਤੁਲ ਤੇ ਅਭੀ ਭਾਈ ਨੋਟ ਕਰਿਓ ਆਉਣੇ ਦੀ 27 ਸਤੰਬਰ ਜਿਪਦੇਵ ਦਾ ਸਥਾਨ ਟੱਡ ਦਾ ਕੁਸ਼ਤੀ ਤੱਕ ਹੋਏਗਾ 27 ਸਤੰਬਰ ਟੱਡ ਦੇ ਕੁਸ਼ਤੀ ਤੱਕ ਦੀ ਡੇਟ ਵੀ ਨੋਟ ਕਰਦੇ ਆਈਏ ਆ ਵੀ ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ ਕਰਤ ਜੋੜੀ ਦੇ ਮੈਦਾਨ ਦੇ ਵਿੱਚ ਮੇਜਰ ਆ ਸਾਹਮਣੇ ਕਹਿੰਦੇ ਮੇਜਰ ਆ ਡੇਰੇ ਬਾਬੇ ਨਾਨਕਵਾਲ ਦੇ ਹੱਥ ਜੋੜੀ ਕਰੇਗਾ ਭਾਈ ਬੇੜੀਏ ਪਹਿਲਵਾਨ ਜੰਮੂ ਬੇੜੀਏ ਆ ਵੀ ਬੇੜੀਆ ਪਹਿਲਵਾਨ ਜੰਮੂ ਜੇ ਵਾਸੜਦਾ ਬੇੜੀਆ ਮੇਜਰ ਰੁਕ ਜਾਂਦਾ ਭਾਈ ਨੋਟ ਕਰਿਓ ਪਹਿਲਵਾਨ ਅਗਲੀ ਫੋਟੋ
ਰਵੀ ਇਹ ਪਹਿਲਵਾਨ ਤਿਆਰ ਹੋ ਕੇ ਵਿੱਚ ਆਓ ਭਾਈ ਰਾਹੁਲ ਜਾਵੇ ਜਿਹੜੀ ਗੁੱਡੀਆਂ ਸਮੇਂ ਤੋਂ ਚੱਲਦੀਆਂ ਨਾਲ ਪੁਆਇੰਟ ਕਰਾਓ ਆ ਵੀ ਬਣਿਆ ਪਹਿਲਵਾਨ ਜੱਪੋ ਹੱਥ ਥੋੜੀ ਦੇ ਮੈਦਾਨ ਦੇ ਵਿੱਚ ਪੁੱਜੇ ਲਓ ਇੱਕ ਵਾਰ ਪਹਾੜੀਆਂ ਲਾ ਦਿਓ ਬਣਿਆ ਪਹਿਲਵਾਨ ਜੰਮੂ ਦੇ ਹੱਥ ਥੋੜੀ ਕਰਕੇ ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ ਮਾਂ ਜੀ ਤਿਆਰ ਹੋ ਜਾਓ ਅੱਧੇ ਘੰਟੇ ਦਾ ਸਮਾਂ ਨੋਟ ਕਰਿਓ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਸ ਐਚ ਓ ਸਾਹਿਬ ਅਖਨੂਰ ਤੋਂ ਸਾਡੇ ਵਿਚਾਰ ਤੀਜੇ ਤੌਰ ਤੇ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਸ ਐਚ ਓ ਸਾਹਿਬ ਉਹਨਾਂ ਦਾ ਇਹ ਬੋਲੋ ਵਾਲੀ ਨੀਟੂ ਵਾਲੀ ਕੁਸ਼ਤੀ ਬਾਈ ਨੀਟੂ ਲੈਂਦੇ ਰਵੀ ਹਾਂ ਚਲੋ ਵੀ ਸ਼ਾਬਾਸ਼ ਬਾਈ ਤਾੜੀਆਂ ਲਾ ਦੋ ਤੁਹਾਡੇ ਏਰੀਏ ਦਾ ਪਹਿਲਵਾਨ ਹੈ ਨੀਟੂ ਰਵੀ ਆਹ ਦੇ ਰਵੀ ਟੈਨੀ ਟੂ ਹਾਂ ਚਲੋ ਸ਼ਾਬਾਸ਼ ਭਾਈ ਬਾਕੀ ਪਹਿਲਵਾਨ ਆਪਣੀ ਜਗ੍ਹਾ ਤੇ ਬੈਠੋ ਖਾਣੇ ਚ ਨਾ ਫਿਰੋ ਜਿਹਦਾ ਨਾਂ ਲਿਆ ਜਾਂਦਾ ਉਹੀ ਪਹਿਲਵਾਨ ਵਿੱਚ ਆਵੇ ਬਾਕੀ ਪਹਿਲਵਾਨ ਆਪਣੀ ਜਗ੍ਹਾ ਤੇ ਬੈਠੋ ਸਾਰੇ ਆਏ ਹਾਏ 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 ਨਹੀਂ ਉਹ ਰੀਸਾਂ ਦੇ ਰਿਹਾ ਨੀਟੂ ਆ ਵਿੱਚ ਕੁਸ਼ਤੀ ਕਿਹੜੀ ਲੱਗੀ ਹੋਈ ਹੈ ਅਜੇ ਨੀਟੂ ਵਾਲੀ ਹੋਏ ਆਏ ਹਾਏ 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 ਨੀਟੂ ਪਛਾਣੀ ਨਹੀਂ ਹੁੰਦਾ ਹੁਣ ਮੇਰੇ ਕੱਪੜਿਆਂ ਤੇ ਤਾਂ ਨਹੀਂ ਉਹ ਰੀਸਾਂ ਦੇ ਰਿਹਾ ਨੀਟੂ ਕਹਿੰਦਾ ਸੱਪ ਨੂੰ ਸੱਪ ਲੜ ਤੇ ਵੈਸੇ ਕਿਹਨੂੰ ਚੜੇ ਐਦਾਂ ਦੀਆਂ ਗੱਲਾਂ ਹੋਣੀਆਂ ਵਾਹ ਬਈ ਵਾਹ ਨਹੀਂ ਉਹ ਰੀਸਾਂ ਕਹਿੰਦਾ ਬੋਲਦੀ ਤੇ ਤੇਰੀ ਜਨ ਚੌਥੇ ਪੈਰ ਨੂੰ ਅੱਜ ਉਦੋਂ ਮੱਲ ਕੋਠੇ ਲਾਉਂਦੇ ਨੇ ਰਮਾਲੀਆਂ ਤੇ ਸੂਈ ਦਾ ਨੱਕੇ ਤੋਂ ਛੋਟੀ ਪੈਂਦਾ ਲੱਗਣਾ ਕਰਨੀਆਂ ਗੱਲਾਂ ਉਹਦੇ ਨੇ ਸਿਖਾਲੀਆਂ ਕਿ ਇੱਕੋ ਦਿਨ ਜਾਂਦਾ ਨਹੀਂ ਸਟਾਰ ਬਣਿਆ ਉਹ ਰੋੜਾ ਰੋੜਾ ਲਾ ਕੇ ਮਹਿਲ ਜਾਂਦੇ ਨੇ ਕਿਹੜੇ ਇੱਕੋ ਸੀਜ ਨਜ਼ਰ ਚੱਜ ਨਾਲ ਲੱਗ ਜੇ ਪਹਿਲੀ ਜੋੜ ਵਾਲਿਆਂ ਤੋਂ ਨੋਟ ਜਾਂਦੇ ਨਹੀਂ ਜਿਹੜੇ ਓਏ ਪਹਿਲੀ ਜੋੜ ਵਾਲਿਆਂ ਤੋਂ ਨੋਟ ਜਾਂਦੇ ਨਹੀਂ ਜਿਹੜੇ ਉਧਰ ਰਵੀ ਪ੍ਰਧਾਨ ਬੰਗਿਆੜੀ ਸਾਡਾ ਭਰਾ ਅੱਜ ਦੇ ਪੁੱਜਿਆ ਦਸੰਬਰ 15, 2024 ਮੰਗਿਆੜੀ ਦਾ ਕੁਸ਼ਤੀ ਦੰਗਲ ਹੋਏਗਾ ਆਟੋਮੈਟਿਕ ਦਿੱਤੀ ਜਾਣੀ ਹੈ ਇਸ ਸਾਲ ਹਿੰਦੁਸਤਾਨ ਦੇ ਵੱਡੇ ਵੱਲ ਬੁਜ਼ੁਰਗ ਗਏ ਐ ਨੋਟ ਕਰਦੇ ਜਾਇਓ ਵਾਕਿਆ ਮੰਗਿਆੜੀ ਦੇ ਰਿਕਾਰਡ ਕਹਿ ਲਓ ਥੋੜੇ ਦਿਨ ਪਹਿਲਾਂ ਟੁੱਟੇ ਗੱਜਰ ਦੇ ਵਿੱਚ ਔਰ ਰਾਜੂ ਤੇ ਗਣੇਸ਼ ਵਾਲੀ ਜਿਹੜੀ ਕੁਸ਼ਤੀ ਮੰਗਿਆੜੀ ਚ ਹੋਈ ਸੀਗੀ ਕਹਿ ਲਓ ਇੱਥੇ ਭਾਵੇਂ ਗਣੇਸ਼ ਜਿੱਤ ਗਿਆ ਤਾਂ ਪਰ ਉੱਥੇ ਕਹਿ ਲਓ ਵੀ ਰਾਜੂ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਬੰਗਿਆੜੀ ਦੀ ਧਰਤੀ ਦੇ ਇੱਕ ਲੰਮੇ ਸਮੇਂ ਬਾਅਦ ਜਿਹੜੀ ਇਹ ਜਿਹੜੇ ਕੁਸ਼ਤੀ ਤੋਂ ਹੋਈ ਸੀਗੀ ਬੜੇ ਲੰਮੇ ਸਮੇਂ ਬਾਅਦ ਗੱਜਰ ਦੀ ਧਰਤੀ ਦੇ ਕੁਸ਼ਤੀ ਹੋਈ ਹੈ ਲੈ ਕੇ ਵੇਖਾਂਗੇ ਕਿਹੜਾ ਦੰਗਲ ਰਿਕਾਰਡ ਜੋੜਦਾ ਕਿਹੜਾ ਤੋੜਦਾ ਹੈ ਇਹਦਾ ਸਮੇਂ ਦੀਆਂ ਬਾਤਾਂ ਹੁੰਦੀਆਂ ਉਸ ਪਰਮਾਤਮਾ ਵਾਲੇ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਨੀਲੀ ਛੱਤਵਾਏ ਦੀ ਕਹਿ ਲਓ ਕਮੇਟੀਆਂ ਸਾਰੀਆਂ ਯਤਨ ਕਰਦੀਆਂ 15 ਦਸੰਬਰ ਮੰਗਿਆੜੀ ਦੇ ਦੰਗਲ ਦੀ ਤਰੀਕ ਹੈ ਆਟੋ ਗੱਡੀ ਦੀਆਂ ਗੱਲਾਂ ਹੋਣੀਆਂ ਇਹ ਵੀ ਨੋਟ ਕਰ ਦਿਆ ਜੀ ਉਹ ਕਰਦੀ ਹੋਈ ਤੁਸੀਂ ਸ਼ਾਬਾਸ਼ ਸ਼ਾਬਾਸ਼ ਆਦਰ ਉਧਰ ਅਗਰ ਨੀਟੂ ਜਿੱਤਦਾ ਤਾਂ 500 ਰੁਪਇਆ ਜਿਹੜਾ ਹੋਏਗਾ ਆ ਰਿਸ਼ੂ ਭਰਾ ਹੋਰਾਂ ਵੱਲੋਂ ਨਹੀਂ ਉਹ ਰੀਸਾਂ ਇਹਦਾ ਸਮਾਂ ਦੱਸੂਗਾ ਕੌਣ ਜਿੱਤਦਾ ਕੌਣ ਹਰਦਾ ਇਹ ਛੱਕੇ ਵਾਲੀ ਕੁਸ਼ਤੀ ਛਡਾ ਦਿਓ ਬਰਾਬਰ ਛੱਕੇ 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 ਆ ਜਾਓ ਬਹੁਤ ਹੋ ਗਿਆ ਆ ਬਿਸ਼ੂ ਵੱਲੋਂ 500 ਰੁਪਇਆ ਹੋਏਗਾ ਅਗਰ ਨੀਟੂ ਸਾਡਾ ਭਰਾ ਨੀਟੂ ਸੁਗਲ ਵਾਲਾ ਕੁਸ਼ਤੀ ਜਿੱਤਦਾ ਹਾਲੇ ਕੁਛ ਨਹੀਂ ਹੋਇਆ
ਹਾਲੇ ਨਾ ਢੋਲ ਦੀ ਤਾਲ ਤੇ ਦੇਖ ਨੱਚ ਕੇ ਭਾਈ ਆਪੇ ਦਾ ਖਡੂਰ ਤੇ ਸਾਹਿਲ ਰਿਹਾ ਸੀ ਉਧਰ ਦਗਰ ਕਮੇਟੀ ਸੁਣਿਆ ਤੋਂ ਨਿੱਕੀ ਵੀਰ ਵੀ ਪੁਜਾ ਹੋਇਆ ਹੈ ਬਹੁਤ ਬਹੁਤ ਧੰਨਵਾਦ ਹੈ ਉਹ ਨਹੀਂ ਓਰੀਸਾ ਨਹੀਂ ਓਰੀਸਾ ਹਾਂਜੀ ਨੀਟੂ ਮਾਰਦੇ ਹੱਲਾ ਆ ਨੀਟੂ ਹੈ ਨੀਟੂ ਮਾਰਦੇ ਹੱਲਾ ਬੱਲੇ 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 ਬਈ ਜਸ਼ਨ ਜਸ਼ਨ ਪੱਟੀ ਕਿੱਧਰ ਹੈ ਅਗਲੀ ਕੁਸ਼ਤੀ ਹੈ ਤੇਰੀ ਬਾਈ ਜਵਰਾਜ ਹੁਣ ਹੋ ਗਈ ਆ ਕੁਸ਼ਤੀ ਛੱਡ ਦੇ ਨਹੀਂ ਉਹ ਰੀਸਾਂ ਹਾਏ ਡਿੱਟੂ ਪਹਿਲਵਾਨ ਲੜ ਰਿਹਾ ਤੂੰ ਤੇਰਾ ਸਟਾਈਲ ਵੱਖਰਾ ਦੋਨੋਂ ਕੋਲੇ ਖੜੀ ਕਰਦਾ ਨਹੀਂ ਉਹ ਰੀਸਾਂ ਆਏ ਹਾਏ ਹਾਏ ਵਾਹ ਤੇਰੇ ਡਿੱਟੂ ਸੁਗਲ ਦੀ ਧਰਤੀ ਦਾ ਬਾਈ ਸੁਰਜੀਤ ਉਹਦਾ ਤਿਆਰ ਹੋ ਜਾਓ ਬਬਰੂ ਦੇ ਸੱਜੇ ਨੇੜੇ ਆ ਜਾਓ ਬਬਰੂ ਦੇ ਸੱਜੇ ਕੁਸ਼ਤੀ ਆਪਾਂ ਨੇ ਲੜ ਰਹੀ ਆ ਜਦੋਂ ਵੀਖਣ ਵਾਲੀ ਕੁਸ਼ਤੀ ਖਤਮ ਹੋ ਗਈ ਬਾਈ ਗੋਲੂ ਵਾਲੀ ਕੁਸ਼ਤੀ ਦਾ ਪੁਆਇੰਟ ਕਰਾ ਦਿਓ ਜੀ ਕਮੇਟੀ ਆਖ ਲਿਆ ਭਾਈ ਅਭੀ ਬੰਦਲਾ ਅਤੁਲ ਬੰਦਾ ਕੁਸ਼ਤੀ ਹੋ ਗਈ ਹੈ ਹਾਂ ਜਲਦੀ ਜਾਓ ਚਲੋ ਆਇਆ ਜਲਦੀ ਕੁਸ਼ਤੀ ਜਲਦੀ ਉਧਰ ਅਭੀ ਆਈ ਲਓ ਆ ਕੁਸ਼ਤੀ ਵੀ ਸਵੇਰੇ ਦੀ ਹੋਣੀ ਹੈ ਯੁਵਰਾਜ ਪਹਿਲਵਾਨ ਪ੍ਰਤੀ ਸ਼ਬਦੀ ਹੱਥ ਖੜਾ ਕਰਦੇ ਯੁਵਰਾਜ ਵਾਹ ਅਭੀ ਬੰਦ ਨਹੀਂ ਉਹ ਰੀਸਾਂ ਕਹਿੰਦੇ ਯੁਵਰਾਜ ਦੀ ਤਿਆਰੀ ਵੀ ਬੜੀ ਸਮੱਸੀ ਤਿਆਰੀ ਹੈ ਬੜਾ ਸੋਹਣਾ ਸਰੀਰ ਹੈ ਸਰ ਨੌਜਵਾਨ ਦਾ ਔਰ ਨਾਲ ਦਸ਼ਨ ਪਹਿਲਵਾਨ ਪੱਟੀ ਵਾਲਾ ਦਸ਼ਨ ਚੱਲ ਫਿਰ ਨੌਜਵਾਨਾਂ ਔਰ ਸਾਹਮਣੇ ਕਹਿੰਦੇ ਜਸ਼ਨ ਹੈ ਬਈ ਰੈਫਰੀ ਕਿਹੜੇ ਕਿਹੜੇ ਫ੍ਰੀ ਹੈ ਓਕੇ ਨਸ਼ੂ ਅੱਛਾ ਇਹ ਤੇ ਓਕੇ ਓਕੇ ਠੀਕ ਹੈ ਪਾੜ ਦੇ ਕਰਾ ਦੇ ਕਰਾ ਦੋ ਭਾਈ ਦੀਪਕ ਤੇ ਅਮੀਰ ਖਾਨ ਵਾਲੀ ਕੁਸ਼ਤੀ ਪਾੜ ਦੇਣ ਚੱਲੀ ਆ ਉਧਰ ਗੋਲੂ ਵਾਲੀ ਕੁਸ਼ਤੀ ਪਾੜ ਦੇਣ ਚੱਲੀ ਆ ਚਲੋ ਬਈ ਚਲੋ ਸ਼ਾਬਾਸ਼ ਬਬਲੂ ਉਹਨਾਂ ਨੇੜੇ ਆ ਜਾਓ ਆਵੇ ਖਡੂਰ ਇਹ ਪਹਿਲਵਾਨ ਨੇੜੇ ਆ ਜਾਓ ਆਪੇ ਤੇ ਸਾਹਿਲ ਨੇੜੇ ਆ ਜਾਓ ਉਹ ਤੋਂ ਬਾਅਦ ਸੁਰਜੀਤ ਵਾਲੀ ਕੁਸ਼ਤੀ ਨੋਟ ਕਰਿਓ ਭਾਈ ਨੋਟ ਕਰਿਓ ਆਉਣ ਵਾਲੀ 27 ਸਤੰਬਰ ਚੇਪਕ ਦੇਵਸਥਾਨ ਨੰਡ ਦਾ ਕੁਸ਼ਤੀ ਦੰਗਲ ਹੋਏਗਾ ਹਾਂ ਸਾਰੇ ਦਰਸ਼ਕ ਜਿਹੜੇ ਖੁੱਲੇ ਸੱਦੇ ਦਿੱਤੇ ਜਾਣਗੇ 27 ਸਤੰਬਰ ਨੰਡ ਦੇ ਨੇੜੇ ਕੁਸ਼ਤੀ ਦੰਗਲ ਹੋਏਗਾ ਲਾਓ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਪਹਿਲਵਾਨ ਤੋਂ ਬਾਹਰਲੀ ਸਾਲ ਬਾਰ ਵਾਪਰ ਰਹੇ ਹੋ ਜਿਹਨਾਂ ਦੇ ਨਾਂ ਬੋਲੇ ਹੋਏ ਆ ਚਲੋ ਉਧਰ ਕੁਸ਼ਤੀ ਜਿਹੜੀ ਪੁਆੜ ਤੋਂ ਸ਼ੁਰੂ ਹੋਈ ਆ ਗੋਲੂ ਕੁਸ਼ਤੀ ਵੀ ਮਾਰੋ ਹੱਲਾ ਪੁਆੜ ਦੇ ਯਾਰ ਚਲੋ ਇੱਧਰ ਦੀਪਕ ਦੇ ਅਮੀਰ ਖਾਨ ਦਰਗਾੜਾ ਓਏ ਹੋਏ ਹੋਏ ਉਧਰ ਜਵਰਾਜ ਨਸ਼ੀ ਸਾਡ ਹੋ ਜੀ ਬੜਾ ਓਏ ਹੋਏ ਹੋਏ ਬੱਲੇ 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 ਵੇਖ ਰਿਹਾ ਕੌਣ ਜੇ ਉਧਰ ਕੋਣ ਹਰਦਾ ਬੱਤ ਸਮਝਦੀ ਹੈ ਜਵਰਾਜ ਓਏ ਹੋਏ ਬੱਲੇ ਯਾਰ ਯਾਰ ਕਹਿੰਦੇ ਜਸ਼ਨ ਆਏ ਹੋਏ ਹੋਏ ਆਏ ਹੋਏ ਕੇਵਲ ਪੈਣ ਸ਼ਰੀਰਾਂ ਦੇ ਜਿਨ੍ਹਾਂ ਦਾ ਯਾ ਮੈਂ ਟੁੱਟ ਗਏ ਤਾਂ ਚੋਰ ਜਵਾਨਾਂ ਦਾ ਲਜਣ ਭਰਿਆ ਮੇਲਾ ਲੁੱਟ ਗਏ ਇਹ ਅੜੀਲੇ ਘੋੜੇ ਨੇ ਯਾਰਾ ਕਰੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਡ ਪਾਸੇ ਆਏ ਲੁੱਡੀਆਂ ਪੌਂਦੀ ਫਿਰੇ ਜਵਾਨੀ ਆਏ ਲੁੱਡੀਆਂ ਪੌਂਦੀ ਫਿਰੇ ਜਵਾਨੀ ਨਹੀਂ ਹੋ ਰਿਸਾ ਵਕਿਆ ਲੁੱਟੀਆਂ ਪੈਣੀਆਂ ਓਏ ਹੋਏ 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 ਵਾਹ ਉਹ ਦੋਸਤੀ ਹੋ ਗਈ ਜਿਹੜੀ
ਅਤੁਲ ਬਲਵੰਤ ਪਾਟਾ ਅਤੁਲ ਪਾਟਾ ਕੁਸ਼ਤੀ ਜਿੱਤ ਗਿਆ ਸੰਜੇ ਇੱਥੇ ਕੁਸ਼ਤੀ ਸ਼ੁਰੂ ਕਰੋ ਚਲੋ ਸੰਜੇ ਤੇ ਬਬਲੂ ਹੱਥੜਾ ਕਰ ਲੈ ਬਬਲੂ ਪਸੰਦ ਕਰ ਸੰਜੇ ਬਲਵੰਤ ਪਰਗਵਾਲ ਚਲੋ ਪਹਿਲਵਾਨੋ 10 ਮਿੰਟ ਦਾ ਸਮਾਂ ਜੀ ਉਹਦੇ ਦਾ ਪੁਆਇੰਟ ਨੋਟ ਕਰਿਓ ਵਾਹ ਵੀ ਵਾਹ ਉਹਦੇ ਨੂੰ ਬਖਣ ਬਲਵੰਤ ਅੰਦਰ ਜਿਹੜਾ ਪੁਆਇੰਟ ਦਾ ਕੁਸ਼ਤੀ ਜਿੱਤ ਗਿਆ ਭਾਈ ਪਹਿਲਵਾਨ ਧਿਆਨ ਦਿਓ ਦਲੇਰ ਖਾਨ ਦੇ ਮੰਨਾਂ ਵਿੱਚ ਆਓ ਅਬੇ ਚਲੋ ਅਬੇ ਤੇ ਸਾਹਿਲ ਅਬੇ ਤੇ ਸਾਹਿਲ ਅਬੇ ਖਨੂਰੇ ਸਾਹਿਲ ਰਿਆਸੀ ਭਾਈ ਗੋਲੂ ਹੁਣੇ ਮਰਜੀ ਲੈ ਜਾਓ ਮੱਖਣੇ ਭਾਈ ਪਹਿਲਵਾਨ ਆਓ ਅਖਾੜੇ ਦੇ ਵਿੱਚ ਸਾਹਿਲ ਭਾਈ ਅਬੇ ਖਨੂਰ ਦੇ ਸਾਹਿਲ ਰਿਆਸੀ ਤਿਆਰ ਦੇ ਵਿੱਚ ਆਓ ਸ਼ਾਬਾਸ਼ ਸ਼ਾਬਾਸ਼ ਲੋ ਚੱਲਦੇ ਹੋਏ ਉਸ ਦੇ ਮੈਦਾਨ ਵਿੱਚ ਜਿਹੜਾ ਨੌਜਵਾਨਾਂ ਦਰਮਿਆਨ ਹੈ ਭਾਈ ਸਾਹਿਲ ਰਿਆਸੀ ਵਿੱਚ ਆਵੇ ਤਿਆਰ ਹੋ ਗਿਆ ਸਾਹਿਲ ਸਾਹਿਲ ਆਓ ਯਾਰ ਪਹਿਲਵਾਨੋ ਅੱਗੇ ਭਾਈ ਨੋਟ ਕਰੋ ਸ਼ੇਵਾ ਪਹਿਲਵਾਨ ਮਹਾਰਾਸ਼ਟਰ ਔਰ ਨਰਿੰਦਰ ਖੰਨਾ ਇਹ ਪਹਿਲਵਾਨ ਜਾਂਦੀ ਦਾ ਤਿਆਰ ਹੋ ਗਿਆ ਖਾੜੇ ਵਿੱਚ ਪੁੱਜੋ ਸ਼ੇਵਾ ਤੇ ਨਰਿੰਦਰ ਇਹ ਪਹਿਲਵਾਨ ਵੀ ਧਿਆਨ ਲਿਓ 10 ਮਿੰਟ ਦਾ ਸਮਾਂ ਸ਼ੇਵਾ ਤੇ ਨਰਿੰਦਰ ਇਹ ਮਤਲਬ ਜਿਹੜਾ ਜਾਂਦੀ ਨਾਲ ਅਖਾੜੇ ਦੇ ਵਿੱਚ ਪੁੱਜੋ ਆਵੇ ਹੱਥ ਖੜਾ ਕਰਦੇ ਉਹ ਸਾਹਿਲ ਬਾਈ ਘੋੜਾ ਜਾਂ ਨਹੀਂ ਘੋੜਾ ਯਾਰ ਹੱਦ ਹੋ ਗਈ ਅਗਲੀ ਕੁਸ਼ਤੀ ਤੁਹਾਡੀ ਹੋਣੀ ਹੈ ਰਸ਼ੀਦ ਬਲਵੰਤ ਮਾਣਾ ਤੇ ਪਰਮਿੰਦਰ ਪੱਟੀ ਸ਼ਾਬਾਸ਼ ਸ਼ਾਬਾਸ਼ ਉਧਰ ਬਹੁਤ ਬਹੁਤ ਧੰਨਵਾਦ ਸਾਡੇ ਤਾਰਿਕ ਜੀ ਐਸ ਐਚ ਓ ਸਾਹਿਬ ਅਖਨੂਰ ਅੱਜ ਇੱਥੇ ਤੁਹਾਡੇ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਭਾਈ ਨਾਲ ਹੀ ਨੋਟ ਕਰਿਓ ਪਲੀਜ਼ ਪਹਿਲਵਾਨ ਅਗਲੀ ਕੁਸ਼ਤੀ ਪਤਲੀ ਕੁਸ਼ਤੀ ਕਿਹੜੀ ਹੈ ਜੀ ਭਾਈ ਲੱਕੀ ਦੇ ਅਰੁਣ ਵਾਲੀ ਹੈ ਉਹ ਜਿਹੜੇ ਖੜੇ ਹੈ ਤੁਹਾਡੇ ਕੋਲ ਕਿੰਨੀਆਂ ਪਰਚੀਆਂ ਸਿਰਫ ਦੋ ਹਜੇ ਵੀ ਦੋ ਪਰਚੀਆਂ ਹੈਗੀਆਂ ਭਾਈ ਨੋਟ ਕਰਿਓ ਸੁਰਜੀਤ ਰਿਆਸੀ ਤੇ ਬਾਦਸ਼ਾਹ ਪਹਿਲਵਾਨ ਪੱਟੀ ਅਗਲੀ ਕੁਸ਼ਤੀ ਹੈ ਪਹਿਲਵਾਨਾਂ ਦੀ ਸ਼ਿਵੇ ਦੇ ਨਾਲ ਨਰਿੰਦਰ ਪਹਿਲਵਾਨ ਖੰਨਾ ਤਿਆਰ ਹੋ ਗਿਆ ਭਾਈ ਅਰੁਣ ਦੇ ਲੱਗੀ ਕੁਸ਼ਤੀ ਸ਼ੁਰੂ ਕਰੋ ਪਹਿਲਵਾਨੋ ਐ ਚਲੋ ਸ਼ਾਬਾਸ਼ 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 ਲੈ ਚੱਲਦੇ ਹੋਏ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ ਵੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ ਬਸ ਸਮੇਂ ਦੀ ਹੋਣੀ ਹੈ ਤੇ ਸੋਹਣੀ ਖੇਡ ਦੇ ਮਾਲਕ ਖੇਡ ਜਿਹੜੇ ਚੰਗੀ ਵਖਾਉਂਦੇ ਨੇ ਉਹ